ਸ਼ਕਲ ਦੋਸਤੋ ਸਵਾਗਤ ਆਪ ਸਭ ਦਾ ਆਪਣੇ YouTube ਦੇ ਚੈਨਲ Delj Learning Point ਦੇ ਉੱਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਜੋ PCS ਤਹਿਸੀਲਦਾਰਾਂ ਦੀਆਂ ਜੋ ਪੋਸਟਾਂ ਨਿਕਲੀਆਂ ਨੇ ਜਾਂ ਹੋਰ ਡਿਪਾਰਟਮੈਂਟ ਦੇ ਵਿੱਚ ਜੋ ਪੋਸਟਾਂ ਨੇ ਉਹ ਸੋ ਅਸੀਂ ਇੱਥੇ ਵੈਬਸਾਈਟ ਤੇ ਬੈਠੇ ਆਂ PPCS ਦੀ ਸੋ ਤੁਸੀਂ PPCS ਦੀ ਵੈਬਸਾਈਟ ਦੇਖ ਸਕਦੇ ਹੋ ਜਿਹੜੀ ਸੇ ਕੋਲ ਕੇ ਰੱਖੀ ਹੋਈ ਹੈ ਸੋ ਇਸ ਦੇ ਵਿੱਚ ਜੋ ਅਸੀਂ ਪੋਸਟਾਂ ਤੁਹਾਨੂੰ ਦਿਖਾ ਰਹੇ ਆਂ ਪੋਸਟਾਂ ਨੇ recruitment of 77 posts to be filled through punjab state civil services combined competitive examination 2020 ਜਿਹੜਾ ਤੁਸੀਂ ਇਸ ਦੀ ਐਡਵਰਟਾਈਜ਼ਮੈਂਟ ਦੀ ਡੇਟ ਦੇਖ ਸਕਦੇ ਹੋ ਐਡਵਰਟਾਈਜ਼ਮੈਂਟ ਦੀ ਡੇਟ ਜੋ ਹੈ 5 ਜੂਨ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਉਸ ਜੋ ক্লোজিং ਡੇਟ ਹੈ ਉਹ ਹੈ 30 ਜੂਨ ਇਸ ਨੂੰ ਤੁਸੀਂ ਦੇਖ ਸਕਦੇ ਹੋ ਬڑے ਵੱਡੇ ਵਿਡਿਅਕਸ਼ਨਾਂ ਦੇ ਵਿੱਚ ਇੱਥੇ ਲਿਖਿਆ ਹੋਇਆ ਹੈ ਕਿ 30 ਜੂਨ ਜੋ ਹੈ ਉਸ ਦੀ ਲਾਸਟ ਡੇਟ ਹੈ ਲਾਸਟ ਡੇਟ ਫॉर डिपॉजिटਿੰਗ द एप्लीकेशन ਫੀਸ ਸੋ ਇਹ ਹੈਗੀ ਹੈ ਜੀ ਉਸ ਤੋਂ ਬਾਅਦ ਇਸ ਦੇ ਜੋ ਅਸੀਂ ਐਡਵਰਟਾਈਜ਼ਮੈਂਟ ਇਸ ਦੀ ਜਨਰਲ ਇਨਫੋਰਮੇਸ਼ਨ ਦੇਖਦੇ ਆ ਉਸ ਇੱਥੋਂ ਪੜ੍ਹਦੇ ਆ ਜਨਰਲ ਇਨਫੋਰਮੇਸ਼ਨ ਕੀ ਇਹ ਤੁਸੀਂ ਵੈਬਸਾਈਟ ਦੇਖ ਸਕਦੇ ਹੋ ਐਡਵਰਟਾਈਜ਼ਮੈਂਟ ਨੰਬਰ 8 ਹੈ ਸੋ ਇਸ ਦੇ ਅੰਦਰ ਜੋ ਵਕ ਵਕ ਪੋਸਟਾਂ ਨੇ ਵੈਕੈਂਸੀਜ਼ ਜੋ ਨਿਕਲੀਆਂ ਨੇ ਹੋਣਾ ਸੀ ਉਹਨਾਂ ਦੀ ਗੱਲ ਕਰਾਂਗੇ ਜਿਹੜੀਆਂ ਵਕ ਵਕ ਜਿਹੜੀਆਂ ਨੇ ਪੋਸਟਾਂ ਨਿਕਲੀਆਂ ਹੋਈਆਂ ਨੇ ਇੱਥੇ ਉਹ ਪੋਸਟਾਂ ਕੀ ਨੇ ਉਹਨਾਂ ਨੂੰ ਅਸੀਂ ਇੱਥੇ ਨਿਗਾਹ ਮਾਰਦੇ ਆ ਕਿ ਇਸ ਦੇ ਵਿੱਚ ਜੋ ਪੰਜਾਬ ਸਿਵਲ ਸਰਵਿਸ ਮਤਲਬ ਜੋ ਐਗਜ਼ੀਕਿਊਟਿਵ ਬ੍ਰਾਂਚ ਦੀਆਂ ਜੋ ਪੋਸਟਾਂ ਨੇ ਉਹ ਪੋਸਟਾਂ ਨੇ ਜੀ 20 ਉਹ ਪੋਸਟਾਂ ਨੇ ਟੋਟਲ 20 ਪੋਸਟਾਂ ਹੈਗੀਆਂ ਨੇ ਜੀ ਟੋਟਲ ਸੋ ਉਸ ਤੋਂ ਬਾਅਦ ਜੇਕਰ ਅਸੀਂ ਕੋਈ ਇੱਥੇ ਨਿਗਾਹ ਮਾਰੀਏ ਅ ਜੇਕਰ ਅਸੀਂ ਦੇਖਦੇ ਹਾਂ ਇੱਥੇ ਆਵਲੀਆਂ ਪੋਸਟਾਂ ਜੋ ਨੇ ਉਹ 20 ਨੇ ਟੋਟਲ ਠੀਕ ਹੈ ਜੀ ਉਸ ਤੋਂ ਬਾਅਦ ਜੋ ਡਿਪਟੀ ਸੁਪਰੀਡੈਂਟ ਦੀਆਂ ਪੋਸਟਾਂ ਨੇ ਜੋ ਡਿਪਟੀ ਸੁਪਰੀਡੈਂਟ ਦੀਆਂ ਪੋਸਟਾਂ ਨੇ ਉਹ ਨੇ ਜੀ 26 ਉਸ ਤੋਂ ਬਾਅਦ ਜੋ ਤਹਿਸੀਲਦਾਰ ਦੀਆਂ ਪੋਸਟਾਂ ਨੇ ਜੋ ਇਹਦੇ ਵਿੱਚ ਤਹਿਸੀਲਦਾਰ ਦੀਆਂ ਪੋਸਟਾਂ ਨੇ ਉਹਨੇ ਇੱਥੇ 5 ਪੋਸਟਾਂ ਨੇ ਜੀ ਉਸ ਤੋਂ ਬਾਅਦ ਇੱਥੇ ਫੂਡ ਸਪਲਾਈ ਤੇ ਕੰਜ਼ਿਊਮਰ ਅਫੇਅਰ ਅਫੀਸਰ ਦੀਆਂ ਜੋ ਪੋਸਟਾਂ ਨੇ ਉਹਨੇ ਜੀ 2 ਤੇ ਉਸ ਤੋਂ ਬਾਅਦ ਜੇ ਅਸੀਂ ਦੇਖੀਏ ਬਲੌਕ ਡਵੈਲਪਮੈਂਟ ਜਾਂ ਪੰਚਾਇਤ ਅਫੀਸਰ ਦੀਆਂ ਪੋਸਟਾਂ ਨੇ ਜੀ 2 ਇਹ ਸਾਰੀਆਂ ਪੋਸਟਾਂ ਜਿਹੜੀਆਂ ਇਹਨੂੰ ਇੱਥੇ ਲਿਖੀਆਂ ਹੋਈਆਂ ਨੇ ਜਿਹਨੂੰ ਅਸੀਂ ਦੇਖ ਸਕਦੇ ਹਾਂ ਦਾ ਨੰਬਰ ਆਫ ਪੋਸਟ ਮੇ ਬੀ ਇਨਕਰੀਜ਼ਡ অর ਡਿਕਰੀਜ਼ਡ ਬਾਈ ਦਾ ਗਵਰਨਮੈਂਟ ਸੋ ਕਦੇ ਵੀ ਕਟਾਈਆਂ ਜਾਂ ਵਧਾਈਆਂ ਜਾ ਸਕਦੀਆਂ ਨੇ ਜਿਹੜੀਆਂ ਪੋਸਟਾਂ ਨੇ ਇਸ ਦੇ ਬਾਰੇ ਵਿੱਚ ਜੇ ਹੋਰ ਅਸੀਂ ਦਸੀਏ ਤਾਂ bc ਨੂੰ ਜਾਂ ਜਰਨਲ ਨੂੰ ਕਿੰਨੀਆਂ ਪੋਸਟਾਂ ਆਉਂਦੀਆਂ ਨੇ ਉਹ ਅਸੀਂ ਦੇਖਦੇ ਹਾਂ ਜਿਵੇਂ pcs ਦੇ ਵਿੱਚ ਜਰਨਲ ਦੀਆਂ 8 ਪੋਸਟਾਂ ਨੇ ਤੇ ਉਸ ਤੋਂ ਬਾਅਦ ਜੋ ਬੈਕਵਰਡ ਕਲਾਸ ਦੀ ਇੱਕ ਹੀ ਹੈ ਬੈਕਵਰਡ ਕਲਾਸਸ ਇਸ ਐਸ ਐਮ ਐਲ ਡੀ ਐਸ ਸਵਿਮ ਇਕਨੋਮਿਕਲੀ ਵੀਕਰ ਸੈਕਸ਼ਨ ای ڈبلیو ایس ਉਸ ਦੀਆਂ ਇੱਕ ਪੋਸਟਾਂ ਨੇ ਸੋ ਇਸ ਤਰੀਕੇ ਨਾਲ ਜਿਹੜੀਆਂ ਪੋਸਟਾਂ ਨੇ ਉਹ ਟੋਟਲ 77 ਬਣਦੀਆਂ ਨੇ ਇਹਦੇ ਵਿੱਚ ਸੋ ਇਹ ਸੀ ਪੂਰਾ ਲੇਖਾ ਜੋਖਾ ਇਸ ਦਾ ਸੋ ਏਜ ਲਿਮਿਟ ਉਹਨਾਂ ਨੇ ਕਿਹਾ 21 ਸਾਲ ਹੋਣੀ ਚਾਹੀਦੀ ਹੈ ਪਰ 35 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਸੋ ਇਹ ਮੇਨ ਹੈ ਇਸ ਦੇ ਵਿੱਚ ਔਰ ਇਸ ਦੇ ਵਿੱਚ ਹੋਰ ਅਗਰ ਕੋਈ ਅਸੀਂ ਗੱਲ ਕਰੀਏ ਕਿ ਇਸ ਦਾ ਜੋ ਸਿਲੇਬਸ ਹੈ ਜਿਹੜਾ ਜੋ ਪੇਪਰ ਹੋਣੇ ਨੇ ਉਹ ਕਿਸ ਤਰੀਕੇ ਦੇ ਨੇ ਸੋ ਸਭ ਤੋਂ ਪਹਿਲਾਂ ਜੋ ਹੋਏਗਾ ਪੇਪਰ 1 ਜੋ ਜਨਰਲ ਸਟੱਡੀ ਦਾ ਸੋ ਨੋ ਕੁਐਸਚਨ ਆਉਣਗੇ ਔਰ 2 ਨੰਬਰ ਦਾ ਇੱਕ ਕੁਐਸਚਨ ਹੋਏਗਾ ਟੋਟਲ ਮਾਰਕਸ 200 ਹੋਣਗੇ ਉਸ ਬਾਅਦ ਸੀ ਸੈੱਟ ਹੋਏਗਾ ਅਸੀਂ ਕਵੈਸਚਨ ਹੋਣਗੇ 2.5 ਨੰਬਰ ਦਾ ਹੋਏਗਾ ਕੁਐਸਚਨ ਤੇ 200 ਨੰਬਰ ਬੋਥ ਦਾ ਪੇਪਰ will be objective type multiple questions ਸੋ ਇਸ ਤਰੀਕੇ ਦੇ ਨੇ ਪ੍ਰੋਸੀਜਰ ਐਂਡ ਸਕੀਮ ਫੋਰ ਦਾ ਮੇਨ ਐਗਜ਼ਾਮੀਨੇਸ਼ਨ ਮੇਨ ਐਗਜ਼ਾਮੀਨੇਸ਼ਨ ਇਦਾਂ ਹੋਏਗਾ ਕਿ ਪੰਜਾਬੀ ਦਾ ਹੋਏਗਾ ਜੋ ਪਲੱਸ 2 ਲੈਵਲ ਤੱਕ ਦੀ 100 ਨੰਬਰ ਦੀ ਇੰਗਲਿਸ਼ 100 ਨੰਬਰ ਦੀ ਐਸਏ 100 ਨੰਬਰ ਦਾ ਜਨਰਲ ਸਟੱਡੀਜ਼ ਇਹਦੇ ਵਿੱਚ ਹਿਸਟਰੀ ਜੀਓਗ੍ਰਾਫੀ ਸੋਸਾਇਟੀ 250 ਦੀ ਜਨਰਲ ਸਟੱਡੀ ਪੇਪਰ 2 ਉਹ 250 ਦਾ ਜਨਰਲ ਸਟੱਡੀ ਪੇਪਰ 3 ਉਹ 250 ਦਾ ਫਿਰ ਜਨਰਲ ਸਟੱਡੀਜ਼ ਪੇਪਰ 4 ਉਹ ਵੀ ਜਿਹੜਾ 250 ਦਾ 100 ਇੰਟਰਵਿਊ 150 ਦੀ ਤਾਂ ਟੋਟਲ 1500 ਦਾ ਜੋ ਹੈ ਲੇਖਾ ਜੋਖਾ ਸਾਰਾ ਇਹ ਹੈ ਸੋ ਇਸ ਦੀ ਜੋ ਫੀਸ ਹੈ ਉਹ 500 ਰੁਪਏ ਹੈ ਔਨਲਾਈਨ ਅਪਲੀਕੇਸ਼ਨ ਚਾਰजेस ਤੇ ਐਗਜ਼ਾਮੀਨੇਸ਼ਨ ਫੀ 625 ਹੈ ਤੇ ਟੋਟਲ 1125 ਰੁਪਏ ਸਿਰਫ ਐਸ ਸੀ ਐਸਟੀ ਦੇ ਲਈ ਹੈ ਐਕਸ ਸਰਵਿਸਮੈਨ ਪੰਜਾਬ ਦੇ ਲਈ ਉਹਨੇ ਸੋ 올 अदर ਕੈਟੇਗਰੀਜ਼ ਇਨਕਲੂਡਿੰਗ ਐਕਸ ਸਰਵਿਸਮੈਨ ਐਡਬੀਐਸ ਪੰਜਾਬ ਸੋ ਉਹਨਾਂ ਦਾ 3000 ਰੁਪਏ ਫੀਸ ਹੈ ਔਰ ਜੋ ਐਸਸੀ ਐਸਟੀ ਜਾਂ ਬੀਸੀ ਨੇ ਉਹਨਾਂ ਦੀ 1125 ਰੁਪਏ ਫੀਸ ਹੈ ਸੋ ਇਹ ਫੀਸਿਸ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਔਰ ਬਾਕੀ ਦੀ ਜਿਹੜੀ ਆਮ ਦੀ ਜਾਣਕਾਰੀ ਹੈ ਬਾਕੀ ਸਿਲੇਬਸ ਤੁਸੀਂ ਇਸ ਨੂੰ ਖੁਦ ਡਾਊਨਲੋਡ ਕਰਕੇ ਦੇਖ ਸਕਦੇ ਹੋ ਔਰ ਸਪੈਸ਼ਲੀ ਮਿਨੀਮਮ ਹਾਈਟ ਔਰ ਜਿਹੜਾ ਇਹਨਾਂ ਨੇ ਇਹ ਵੀ ਲਿਖਿਆ ਹੋਇਆ ਹੈ ਸੋ ਫॉर ਮੈਨ ਔਰ ਫॉर ਔਮਨ 5 ਫੁੱਟ 7 ਇੰਚ ਮੈਨ ਦੀ ਹੋਣੀ ਚਾਹੀਦੀ ਹੈ ਔਰ ਚੈਸਟ ਜੋ ਹੈ ਉਹ ਅਨਐਕਸਪੈਂਡਡ ਮਤਲਬ ਫੁਲਾਏ ਬਿਨਾ 33 ਇੰਚ ਔਰ ਫੁਲਾ ਕੇ 34.5 ਇੰਚ ਹੋਣੀ ਚਾਹੀਦੀ ਹੈ ਸੋ ਇਹ ਹੈ ਜੀ ਸਾਰਾ ਲੇਖਾ ਜੋਖਾ ਜਿਹੜੀਆਂ ਪੀਸੀਐਸ ਦੀਆਂ ਜੋ ਪੋਸਟਾਂ ਆਈਆਂ ਨੇ ਸੋ ਉਮੀਦ ਹੈ ਤੁਹਾਨੂੰ ਇਹ ਨਿਊਜ਼ ਇਹ ਵਾਲੀ ਜਿਹੜੀ ਜੌਬ ਦੇ ਇਨਫਾਰਮੇਸ਼ਨ ਇਹ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇ ਤੁਹਾਨੂੰ ਇਹ ਇਨਫਾਰਮੇਸ਼ਨ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਸੋ ਜਰੂਰ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬੋ ਇਦਾਂ ਦੀ ਹੋਰ ਜਾਣਕਾਰੀਆਂ ਦੇਖਣ ਲਈ ਇਸ ਚੈਨਲ ਨਾਲ ਜੁੜੇ ਰਹੋ ਤੇ ਚੈਨਲ ਨਾਲ ਜੋ ਪਹਿਲਾਂ ਤੋਂ ਜੁੜੇ ਹੋਏ ਹਨ ਉਹਨਾਂ ਦਾ ਧੰਨਵਾਦ ਵੀਡੀਓਜ਼ ਨੂੰ ਦੇਖਣ ਲਈ ਵੀਡੀਓਜ਼ ਨੂੰ ਦੇਖਦੇ ਰਹੋ ਤੇ ਚੈਨਲ ਨਾਲ ਜੁੜੇ ਰਹੋ Thank you very much for watching our channel.